ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਨਾਲੇ ਰਾਮ ਰਾਮ ਸਲਾਮ। ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਜਾਮਪੁਰ ਸਵਾਗਤ ਕਰਦਾ ਜੀ ਇੱਕ ਨਿਊ ਹੋਰ ਵੀਡੀਓ ਵਿੱਚ। ਦਰਸ਼ਕੋ, ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਹਾਂ, ਇੱਕ ਬੇਜਵਾਨ ਜਾਨਵਰ ਟੈਫੀ ਨਾਂ ਦੀ ਕੁੱਤੀ ਦੇ ਉੱਪਰ ਵੀਡੀਓ ਬਣਾਉਣ ਲੱਗੇ ਹਾਂ, ਅਤੇ ਨਾਲੇ ਉਹਦੇ ਮਾਲਕ ਨਾਲ ਗੱਲਬਾਤ ਕਰਾਵਾਂਗੇ ਤੁਹਾਡੀ। ਉਹ ਇੰਨੀ ਸਿਆਣੀ ਅਤੇ ਟ੍ਰੇਨਡ ਕੁੱਤੀ ਆ ਨਾ ਕਿ ਕਹਿਣੇ ਕੀ ਨੇ, ਹੱਦਾਂ ਪਾਰ। ਨਾਲੇ ਉਹਨੂੰ ਕੋਈ ਜ਼ਿਆਦਾ ਟ੍ਰੇਨਿੰਗ ਨਹੀਂ ਦਿੱਤੀ। ਜੇ ਉਹਨੂੰ ਕੋਈ ਵਧੀਆ ਟ੍ਰੇਨਰ ਮਿਲਿਆ ਹੁੰਦਾ ਕੁੱਤੀ ਨੇ, ਤਾਂ ਮੈਂ ਕਹਿੰਦਾ ਤੁਸੀਂ ਕਹਿਣਾ ਦੀ ਵੀ ਕਹਿਣੇ ਕੀ ਨੇ। ਕੁੱਤੀ ਨੂੰ ਚਾਹੇ ਮੋਟਰਸਾਈਕਲ ਦੇ ਮਗਰ ਬਿਠਾ ਲਓ, ਚਾਹੇ ਮੂਹਰੇ ਬਿਠਾ ਲਓ, ਚਾਹੇ ਉਹਦਾ ਮਾਲਕ ਜਿੱਥੇ ਮਰਜ਼ੀ ਹੋਵੇ ਸਾਈਕਲ 'ਤੇ ਆ, ਤਾਂ ਵੀ ਉਹਨੇ ਸਾਈਕਲ ਦੇ ਮੂਹਰੇ ਵੀ ਬਹਿ ਜਾਂਦੀ ਆ ਅਤੇ ਮਗਰ ਵੀ ਬਹਿ ਜਾਂਦੀ ਆ, ਯਾਨੀ ਸਾਰੇ ਕਿਤੇ ਬਹਿ ਜਾਂਦੀ ਆ। ਨਹੀਂ, ਮਾਲਕ ਜਿੱਥੇ ਬਿਠਾਉਂਦਾ ਉੱਥੇ ਹੀ ਬਹਿੰਦੀ ਆ। ਅਤੇ ਆਪਾਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਅਤੇ ਤੁਹਾਡੇ ਮਾਲਕ ਨਾਲ ਗੱਲਬਾਤ ਕਰਾਉਂਦੇ ਹਾਂ। ਅਤੇ ਹਾਂ, ਅਤੇ ਉਹ ਕੁੱਤੀ ਦੇ ਇਸ ਟਾਈਮ ਉਹ ਸੂਆ ਵੀ ਦਿੱਤਾ ਹੋਇਆ ਅਤੇ ਉਹਦੇ ਛੋਟੇ ਛੋਟੇ ਬੱਚੇ ਨੇ 20 ਦਿਨਾਂ ਦੇ, ਉਹ ਵੀ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ, ਅਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ। ਅਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਸਬਸਕ੍ਰਾਈਬ ਕਰ ਦਿਆ ਕਰੋ ਦੱਬ ਕੇ ਕਹਿਣਾ, ਅਤੇ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਘੱਟ ਕਰ ਦਿਓ ਵੀ ਬਣ ਕੇ ਕਰ ਦਿਆ ਕਰੋ ਯਾਰ ਸਬਸਕ੍ਰਾਈਬ। ਅਤੇ ਜੇ ਫੇਸਬੁੱਕ 'ਤੇ ਤਾਂ ਬਿੱਟੂ ਨਿਜਾਮਪੁਰ ਪੇਜ ਨੂੰ ਫੋਲੋ ਕਰਨਾ, ਅਤੇ ਇੰਸਟਾ 'ਤੇ ਆਪਣਾ ਹੈਗਾ ਬਿੱਟੂ ਨਿਜਾਮਪੁਰ 1। ਅਤੇ ਆਓ ਵੱਧਦਿਆਂ ਵੀਡੀਓ ਵੱਲ। ਕੀ ਹਾਲ ਨੇ ਭਰਾ? ਹੋਰ ਨੇ ਕੁਵੀ ਵਾਲਾ, ਵਧੀਆ। ਸਵਾਗਤ ਕਰਦੇ ਸਾਡੇ YouTube ਚੈਨਲ ਤੇ। ਭਾਈ ਤੁਹਾਡਾ ਵੀ ਸਵਾਗਤ ਹੈ। ਹਾਂਜੀ, ਕੀ ਨਾਮ ਆ ਕੁੱਤੀ ਦਾ ਆਪਣੀ ਦਾ? ਇਹਦਾ ਨਾਮ ਆ ਟੈਫੀ ਵੀਰ। ਟੈਫੀ ਹੈ? ਪੈ ਜਾ ਪੁੱਤ। ਟੈਫੀ ਤੇ ਜੇ ਆਪਾਂ ਗੱਲ ਕਰੀਏ, ਕਿੰਨਾ ਚਿਰ ਦੀ ਹੋ ਗਈ ਇਹ? ਇਹ ਹੋ ਗਈ 5 ਸਾਲ ਦੀ ਹੋ ਗਈ ਯਾਰ। 5 ਸਾਲ ਦੀ ਹੋ ਗਈ। ਗੱਲ ਕਰੀਏ ਆਪਾਂ, ਇਹ ਪਿਓਰ ਜਰਮਨ ਸ਼ੈਫਰਡ ਆ ਨਾ? ਹਾਂ ਵੀਰੇ, ਪਿਓਰ ਜਰਮਨ ਸ਼ੈਫਰਡ ਦੇ ਵਿੱਚ ਵੀ ਨਾ ਇੱਕ ਕੋਡ ਆਉਣ ਲੱਗ ਗਏ ਹੁਣ। ਪਹਿਲਾਂ ਤਾਂ ਪਤਾ ਜਿਲ੍ਹਾ ਦਾ ਐਂ ਹੁੰਦਾ ਸੀ ਜਰਮਨ ਸ਼ੈਫਰਡ। ਹਾਂ, ਕੋਈ ਡਬਲ ਕੋਡ, ਸਿੰਗਲ ਕੋਡ, ਲੌਂਗ ਕੋਡ, ਇਹੋ ਜਿਹੇ ਕੋਡ ਆਉਣ ਲੱਗ ਗਏ। ਅੱਛਾ, ਇਹ ਉਹ ਸਾਰਿਆਂ ਕੋ ਉਹਨਾਂ ਨੂੰ ਪੂਰਾ ਕਰਦੀ ਆ, ਯਾਨੀ ਆਪਣੇ ਮਿੱਤਾ। ਅੱਛਾ, ਜਿਵੇਂ ਜਿਵੇਂ ਆਪਾਂ ਸਾਰੇ ਸਵਾਲਾਂ ਨੂੰ ਪੂਰਾ ਕਰਦੀ ਆ, ਠੀਕੇ ਲਾਉਂਦੀ ਆ। ਹਾਂ, ਬਸ ਇਹ ਕੰਮ ਆ। ਹਾਂ, ਜਿਵੇਂ ਹੁਣ ਤੂੰ ਲੈਨ ਮੈਂ ਨਾ ਖੰਬੇ ਲਾ ਦਿੰਦਾ ਵੀ 10 ਖੰਬੇ ਲੱਗ ਗਏ ਤਾਂ ਲਾ ਗਏ। ਹਾਂ, ਸਾਰੇ ਜਾਣੀ ਇੱਕ ਹਰੇਕ ਦਾ ਮੂੰਹ ਬੰਦ ਕਰਨ ਵਾਲੀ ਚੀਜ਼। ਉਹੀ ਗੱਲ ਆ। ਹਾਂ, ਤੇ ਆਪਾਂ ਨੇ ਕੋਈ ਗੱਲ ਕਰੀਏ, ਇਹ ਤਾਂ ਫਿਰ ਬਚਪਨ ਤੋਂ ਹੀ ਪਾਲੀ ਆ ਇਹ ਵੀਰੇ? ਬਚਪਨ ਤੋਂ ਹੀ ਪਿਆਰੇ ਜਾਨਵਰ ਨਾਲ ਫੇਰ ਬਣਦਾ ਜਦੋਂ ਆਪਾਂ ਬਚਪਨ ਤੋਂ ਹੀ ਉਹਨੂੰ, ਜੇ ਆਪਾਂ ਮਤਲਬ ਪਾਲੀ ਕਿਸੇ ਖਰੀਦੋ ਖਰੀਦੀ ਦੇ ਵਿੱਚ ਵੀ ਕੋਈ ਚੰਗੀ ਗੱਲ ਨਹੀਂ ਹੁੰਦੀ। ਹਾਂ, ਤੂੰ ਰੱਖ ਲਈ, ਮੈਂ ਰੱਖ ਲਈ, ਉਹਦਾ ਨਹੀਂ ਹੁੰਦੇ। ਯਾਨੀ ਜੇ ਆਪਾਂ ਵੀ ਲੈਣਾ ਤਾਂ ਪੂਰਾ ਹੀ ਲਓ ਬਚਪਨ ਤੋਂ ਹੀ। ਹਾਂ, ਜਵਾਬ ਬੱਚਾ ਹੀ। ਹੁਣ ਯਾਰ ਮਾਂ ਨਾਲ ਕਿਵੇਂ ਪਿਆਰ ਵੱਧ ਜਾਂਦਾ, ਮਾਂ ਨੂੰ ਹੀ, ਪਰ ਬੱਚਾ ਮਾਂ ਨੂੰ ਹੀ ਦੇਖਦਾ। ਹਾਂ, ਸਹੀ ਗੱਲ ਆ। ਬਾਕੀ ਇਹ ਤਾਂ ਜਾਨਵਰ ਏਦਾਂ ਜਿਹਨੂੰ ਆਪਦਾ ਮੰਨ ਲਿਆ, ਆਪਾਂ ਮਾਲਕ ਕਹਿ ਦਿੰਦੇ ਆ। ਮਾਏ ਮਾਲਕ ਥੋੜੀ ਇਹ ਆਪਦਾ ਹੀ ਸਾਰਾ ਕੁਝ ਮੰਨਦਾ, ਉਹਨੂੰ ਵੀ ਮੇਰਾ ਸਾਰਾ ਕੁਝ ਹੈ ਤੂੰ ਆ। ਬਾਈ ਜੀ, ਕਿਸਾਨ ਵੀਰ ਉਹ ਤੁਹਾਨੂੰ ਦੱਸਦੀ ਹੈ ਨਾ, ਇੰਨੀ ਸਿਆਣੀ ਆ, ਜੇ ਇਹਨੇ ਮੋਟਰਸਾਈਕਲ ਤੇ ਜਾਣਾ ਤਾਂ ਮੋਟਰਸਾਈਕਲ ਦੇ ਵੀ ਨਾਲ, ਟਰੈਕਟਰ ਤੇ ਜਾਣਾ ਟਰੈਕਟਰ ਦੇ ਵੀ ਨਾਲ, ਯਾਨੀ ਜੇ ਇਹਨੇ ਉੱਥੇ ਅਸੀਂ ਨਹਿਰ ਆ, ਅਸੀਂ ਨਹਿਰ ਚੱਕਣ ਸਾਲ ਮਾਰੀ ਤਾਂ ਨਹਿਰ ਦੇ ਵਿੱਚ ਮਗਰ ਆਉ ਵੀਰੇ, ਮਗਰ ਆਉਗੀ। ਇਹਨੂੰ ਆਏ ਹੋ ਗਿਆ ਵੀ ਡੁੱਬ ਗਿਆ, ਅਸੀਂ ਸੂਟ ਨਹੀਂ ਲਿਆ ਹੈਗਾ, ਉਦੋਂ ਸੋਰੀ ਭੁੱਲ ਗਏ, ਮੈਂ ਹੈ ਨਹੀਂ ਸੀ, ਇਹਨਾਂ ਨੇ ਦੇਖਿਆ ਸੀ ਵੀ ਆਉਂਦੀਆਂ ਮਗਰ, ਯਾਨੀ ਜਦ ਜੀ ਨਹਿਰ ਦੇ ਵਿੱਚ ਸਾਲ ਮਾਰੀ ਵੀ ਖਿੱਚਾ ਇਹਨੂੰ ਕੱਢਣੇ ਚਲੇਗੀ। ਦੇਖ ਲਓ ਬਿੱਟੂ ਵੀਰੇ, ਜਿੱਥੇ ਕਹੇ ਜਿੱਧਰ ਨੂੰ ਕਹੇ ਮੈਂ ਨਾਲ ਆ ਵੀ ਉਧਰ ਕਹੂ ਵੀ ਮੈਂ ਤਾਂ ਨਾਲ ਲੈ ਆਣਾ, ਵੀ ਤੂੰ ਮੈਨੂੰ ਕਿਉਂ ਛੱਡ ਕੇ ਚੱਲਿਆ। ਠੀਕ ਆ, ਠੀਕ ਆ। ਤੇ ਜਾਂ ਫਿਰ ਤੂੰ ਡਿਊਟੀ ਤੇ ਚਲਾ ਜਾਣਾ,
ਫੇਰ ਡਿਊਟੀ ਤੇ ਇਹਨੂੰ ਇੱਕ ਹੋਰ ਪੂਰੀ ਪਰਖ ਆ। ਜੇ ਆਪਾਂ ਸਾਦੇ ਕੱਪੜਿਆਂ ਦੇ ਵਿੱਚ ਮੈਂ ਘਰੋਂ ਨਿਕਲੂਗਾ, ਇਹਨੂੰ ਜੇ ਇਹਨੂੰ ਐ ਵੀ ਆਪਣੇ ਡਿਊਟੀ ਤੇ ਜਾਣਾ ਕਦੇ ਨੀ ਮੇਰੇ ਮਗਰ ਤੁਰਦੀ ਹੈ। ਅੱਛਾ, ਡਿਊਟੀ ਤੇ ਜਾਣ ਨੂੰ ਕਦੇ ਨੀ ਕਹਿੰਦੀ ਵੀ ਮੈਨੂੰ ਨਾਲ ਲੈ ਚੱਲ। ਅੱਛਾ, ਇਹਨੂੰ ਪਤਾ ਵੀ ਹੁਣ ਡਿਊਟੀ ਤੇ ਜਾਣਾ ਵੀ ਇਹਨੇ ਪੱਗ ਬੰਨ ਲਈ ਆ, ਇਹਨੇ ਡਰੈਸ ਆਪਦੀ ਬਾਹਰ ਸੈਟਅਪ ਹੋ ਗਿਆ, ਇਹਨੇ ਕਦੇ ਨੀ ਤੁਰਨਾ ਕਦੇ ਪਿੰਜਰੇ ਨੂੰ। ਜਦੋਂ ਮਤਲਬ ਆਪਾਂ ਘਰੇ ਆ ਕੇ ਡਰੈਸ ਚੇਂਜ ਕਰ ਲਈ, ਘਰ ਦੇ ਆਲੇ ਰਵਈਏ ਆ ਗਏ, ਫੇਰ ਇਹਨੇ ਕਹਿਣਾ ਵੀ ਤੂੰ ਤੂੰ ਚੱਲਿਆ ਘਰ ਨੂੰ, ਮੈਂ ਅੰਦਰ ਆ। ਫੇਰ ਨਾਲੇ ਆਪਾਂ ਦੇਖਦੇ ਰਹਿੰਦੇ ਆ ਨੂੰ ਕਰਦੇ ਰਹਿਣਾ। ਤੇ ਜੇ ਆਪਾਂ ਗੱਲ ਕਰੀਏ ਫੇਰ ਇਹਨੂੰ ਟ੍ਰੇਨ ਕਿਵੇਂ ਦਿੱਤੀ ਇੰਨੀ ਵੀਰੇ? ਟ੍ਰੇਨਿੰਗ ਕਹਿੰਦੇ ਹੁੰਦੇ ਵੀ ਜੇ ਆਪਾਂ ਚੰਗੀ ਚੀਜ਼ ਸਿਖਾਵਾਂਗੇ ਤਾਂ ਚੰਗਾ। ਇੱਕ ਯਾਰ ਇਹਨੂੰ ਕੁੱਤੇ ਦਾ ਜਾਨਵਰ ਨੂੰ ਬੱਚਿਆਂ ਤੋਂ ਦੂਰ, ਬੱਚੇ ਇਹਨਾਂ ਦੀਆਂ ਆਦਤਾਂ ਖਰਾਬ, ਇਹ ਤਾਂ ਪਹਿਲਾਂ ਹੀ ਮੰਨ ਲਓ ਕੁਦਰਤੀ ਤੌਰ ਤੇ ਜਰਮਨ ਸ਼ੈਫਰਡ ਜਿਹੜੇ ਗੋਰੇ ਮਤਲਬ ਜਰਮਨ ਦੀਆਂ ਉਹਨਾਂ ਨੇ ਨਸਲੇ ਏਦਾਂ ਬਣਾਈ ਹੋਈ ਆ, ਤਿਆਰ ਕਰੀ ਆ, ਇਹਨਾਂ ਦੇ ਵਿੱਚ ਸਮਝਦਾਰੀ ਬਹੁਤ, ਵਫਾਦਾਰੀ ਔਰ ਸਮਝਦਾਰ ਤਾਂ ਕੁੱਤੇ ਬਹੁਤ ਨੇ। ਇਹਨਾਂ ਨੂੰ ਖਰਾਬ ਕਰਦੇ ਨੇ ਬੱਚੇ। ਅੱਛਾ, ਬੱਚਿਆਂ ਨੂੰ ਹੁਣ ਪਤਾ ਨੀ ਆ ਵੀ ਮੰਨ ਲਓ ਵੀ ਆਪਾਂ ਨੂੰ ਜੇ ਕੋਈ ਸਿਆਣਾ ਸਿਖਾਊਗਾ ਤਾਂ ਆਪਾਂ ਚੰਗੀ ਚੀਜ਼ ਸਿਖਾ, ਜੇ ਆਪਾਂ ਨੂੰ ਉਹੀ ਚੀਜ਼ ਨਿਆਣਾ ਸਿਖਾਊਗਾ ਖਬਰ ਕਿੱਦਾਂ ਦੀ ਆਊਗੀ। ਸਹੀ ਗੱਲ ਆ। ਬੱਚਿਆਂ ਨੂੰ ਜਾਣੀ ਜਾਂ ਤਾਂ ਬੱਚੇ ਆਪਣੇ ਸਮਝਦਾਰ ਹੋਣ ਵੀ ਇਹਨਾਂ ਨਾਲ ਇੰਨਾ ਬਿਹੇਵ ਨਾ ਕਰਨ। ਕਈ ਬੱਚਿਆਂ ਨੂੰ ਤਾਂ ਇਹ ਹੁੰਦਾ ਕੰਨੇ ਪੱਟੀ ਜਾਂਦੇ ਬਹਿ ਕੇ ਕੁੱਤੇ, ਕਈਆਂ ਨੂੰ ਪਿਆਰ ਇੰਨਾ ਹੁੰਦਾ ਵੀ ਇਹਨੂੰ ਟੱਚ ਵੀ ਨੀ ਕਰਨ ਦਿੰਦੇ, ਟੱਚ ਵੀ ਨੀ ਕਰਨ ਦਿੰਦੇ ਹੈਗੇ। ਇਹਨੇ ਆਪਦੀ ਸਮਝ ਦੇ ਨਾਲ ਮੇਰੇ ਸਾਰੇ ਘਰਦਿਆਂ ਦਾ ਮਨ ਮੋਹਿਆ। ਕਈ ਵਾਰ ਆਪਾਂ ਜਾਣ ਲੇਡੀਜ਼ ਨੂੰ ਹੋ ਜਾਂਦਾ ਵੀ ਬਾਲ ਉੱਡਦੇ ਪਰ ਇਹਦੇ ਇਹਨੇ ਇਹਦੀ ਆਪਣੀ ਸਮਝ ਦੇ ਨਾਲ ਨਾ ਇਹਨੇ ਸਾਰਿਆਂ ਦਾ ਮਨ ਮੋਹ ਲਿਆ। ਅੱਛਾ ਅੱਛਾ, ਜੇ ਆਪਾਂ ਇੱਕੋ ਗੱਲ ਕਰੀਏ ਇਹਦੀ ਉਮਰ ਕਿੰਨੀ ਹੋ ਗਈ ਤੇ ਕਿੰਨੀ ਵਾਰ ਪ੍ਰੈਗਨੈਂਟ ਹੋਈ ਆ? ਇਹ ਨਾ ਇਹਦੀ ਉਮਰ ਹੋ ਗਈ 5 ਸਾਲ। 5 ਸਾਲ ਪਰ ਮੈਂ ਇਹਦੇ ਬੱਚੇ ਬਿੱਟੂ 3 ਵਾਰ ਹੀ ਲੈਣਾ। ਮੈਂ ਸਾਲ ਦੇ ਵਿੱਚ ਇਹ ਸੋਚਦਾ ਵੀ ਕਈ ਬੱਚੇ ਵੈਸੇ 2 ਵਾਰ ਵਸੂਆ ਦਿੰਦੀ ਆ ਸਾਲ ਦੇ ਵਿੱਚ, ਠੀਕ ਆ, ਤੇ ਮੈਂ 1 ਵਾਰ ਹੀ ਲੈਣਾ। ਯਾਰ ਬਾਬੇ ਕੁੱਤੀ ਨੂੰ ਆਪਾਂ ਨੂੰ ਕੋਈ ਐਡੀ ਐਡਾ ਲਾਲਚ ਵੀ ਨਹੀਂ, ਹਾਂ ਵੀ ਆਪਾਂ ਧੰਦਾ ਹੀ ਕੁੱਤੀਆਂ ਬੱਚਿਆਂ ਨਾਲ ਪਾਲਣਾ, ਪਰ ਜਾਨਵਰ ਦੀ ਸਿਹਤ ਵੀ ਸਹੀ ਰਹਿੰਦੀ ਆ। ਸਹੀ ਗੱਲ ਆ, ਜੇ ਆਪਾਂ ਇੱਕ ਸੂਆ ਲੈਣੇ ਆ ਜਾਨਵਰ ਦੀ ਸਿਹਤ ਵੀ ਸਹੀ ਰਹਿੰਦੀ ਆ। ਮੈਂ ਹੁਣ ਤੱਕ 5 ਸਾਲ ਦੀ ਹੋ ਗਈ, ਹੁਣ ਤੱਕ ਇਹਦੇ ਮੈਂ 3 ਸੂਏ ਲੈਣੇ। ਉਹੀ ਗੱਲ ਆ, ਆਪਣੇ ਸਰੀਰ ਬੋਡੀ ਦੇ ਵਿੱਚੋਂ ਰਿਕਵਰ ਕਰਨ ਵੀ ਟਾਈਮ ਲੱਗਦਾ। ਦੋ ਇਹਦੇ ਬੱਚੇ ਮੇਰੇ ਕੋਲੇ ਘਰੇ ਨੇ, ਤੁਸੀਂ ਮੈਂ ਉਹ ਥਾਂ ਤੁਹਾਨੂੰ ਦਿਖਾ ਦਾਂਗੇ ਆਪਾਂ ਵਿੱਚੇ, ਤੇ ਇਹਦੇ ਨਾਲ ਵੱਡੇ ਨੇ। ਅੱਛਾ, ਸੋਚਣ ਦੇ ਅਗਲਾ ਕੁਝ ਸੋਚਦਾ ਵੀ ਇਹ ਯਾਰ ਇਹਨਾਂ ਦੀ ਮਾਂ ਨੀ ਲੱਗਦੀ, ਉਹ ਇਧਰ ਹਾਈਟ ਚ ਉੱਤੇ ਨੇ। ਠੀਕ ਆ ਠੀਕ ਆ। ਤੇ ਆਪਾਂ ਗੱਲ ਕਰ ਲਈਏ ਤੇ ਨਾਲ ਨਾਲ ਇੱਕ ਤਰ੍ਹਾਂ ਦਾ ਇਹ ਸਾਈਡ ਬਿਜ਼ਨਸ ਵੀ ਆ ਜੇ ਲੋਕੀ ਰੱਖਦੇ ਆ, ਉਹਨੇ ਆਪਾਂ ਕਤੂਰੇ ਵੀ ਸੇਲ ਕਰ ਸਕਦੇ ਆ। ਮੈਂ ਵੀਰੇ ਮਤਲਬ ਸੇਲ ਪਰ ਇਹ ਚੀਜ਼ ਨੇ ਤਾਂ ਇਹਨਾਂ ਦੀ ਕਦਰ ਮਾਰੀ ਆ ਯਾਰ, ਸਿੱਧੀ ਗੱਲ ਦੱਸਾਂ ਮੈਂ। ਅੱਛਾ ਹਾਂ, ਲੋਕੀ ਵੱਧ ਇੱਕਦਮ ਹੋ ਗਏ ਯਾਰ, ਅੱਗੇ ਜਾਨਵਰ ਲੋਕੀ ਘਰ ਬਲਦ ਕੱਟੇ ਬੱਚੇ ਕੁੱਤੇ ਸ਼ੌਂਕ ਨਾਲ ਰੱਖਦੇ ਸੀ, ਉਹਨਾਂ ਦੀ ਸੇਵਾ ਪਾਣੀ ਕਰਦੇ। ਹਾਂ ਹਾਂ ਹਾਂ,
ਹੁਣ ਤਾਂ ਬਸ ਹੁਣ ਇੱਕ ਦਿਨ ਵਾਲਾ ਸਾਈਡ ਬਿਜ਼ਨਸ ਬਣਾਈ ਬੈਠੇ ਹਾਂ ਤਾਂ ਕਤੂਰੇ ਲੈਣ ਦਾ ਹੀ ਹੋ ਗਿਆ ਬਸ ਸਾਈਡ ਪਰ ਹੈ ਵਧੀਆ ਚੀਜ਼ ਆ ਸਾਈਡ ਬਿਜ਼ਨਸ ਸਾਲ ਚ ਇੱਕ ਮਾਰ ਲਵਾਂ ਹਾਂ ਵੀ ਐ ਮਨਾ ਵੀ ਤੁਸੀਂ ਕੱਲੇ ਕਤੂਰਿਆਂ ਦੇ ਦੇਖੀ ਕਤੂਰਿਆਂ ਲਈ ਰੱਖੋ ਹੋਏ ਜੀ ਹਾਂ ਯਾਨੀ ਸਾਈਡ ਬਿਜ਼ਨਸ ਵੀ ਵਧੀਆ ਚੀਜ਼ ਆ ਇੱਕ ਮਾਰ ਲਵਾਂ ਯਾਨੀ ਕਿੰਨੇ ਕ ਦਾ ਵਿਕ ਜਾਂਦਾ ਕਤੂਰਾ ਦਾ ਇਹਦਾ ਕਤੂਰਾ 15 ਤੋਂ 20 ਹਜ਼ਾਰ ਤੱਕ ਵਿਕ ਜਾਂਦਾ ਵਿਕ ਜਾਂਦਾ ਕਿੰਨੇ ਕ ਦੇ ਦਿੰਦੀ ਆ ਬੱਚੇ ਐਕਟੀ ਇਹਨੇ 7 ਬੱਚੇ ਦਿੱਤੇ ਨੇ ਅੱਛਾ ਦੇਖਦਾ ਵੀ ਇਹ ਕੀ ਚੀਜ਼ ਆ ਫਿਰ ਅਗਲੇ ਨੂੰ ਸਮਝ ਆਉਂਦੀ ਆ ਫਿਰ ਮੈਨੂੰ ਮੇਰਾ ਵੀ ਮਨ ਖੁਸ਼ ਹੁੰਦਾ ਵੀ ਹਾਂ ਇਹਨੂੰ ਬੱਚਾ ਦੇ ਕੇ ਯਾਰ ਦਰਸ਼ਕੋ ਦੇਖ ਲਓ ਜੇ ਕਹਿੰਦੇ ਬੱਚੇ ਲੈਣੇ ਨੇ ਤਾਂ ਬੰਦਾ ਉਹ ਆਵੇ ਵੀਰ ਕੋਲ ਜਿਹੜਾ ਰੂਹ ਵਾਲਾ ਰੂਹ ਨਾਲ ਰੱਖਣੇ ਆ ਘਰੇ ਕਹਿੰਦੇ ਹਾਂ ਆਪਦਾ ਬੱਚਾ ਸਮਝ ਕੇ ਰੱਖਣਾ ਹੈ ਤੁਸੀਂ ਆਪਦਾ ਬੱਚਾ ਹੀ ਸਮਝੋ ਕਹਿੰਦੇ ਉਹਦੇ ਵਿੱਚ ਕੋਈ ਦਰਸ਼ਕਾਂ ਨੂੰ ਸੁਨੇਹਾ ਮੈਸੇਜ ਦੇਣਾ ਚਾਹੁੰਦੇ ਹੋ ਵੀਰ ਮੈਸੇਜ ਇਹ ਆ ਵੀਰ ਵੀ ਜਾਨਵਰ ਪਿਆਰ ਦੇ ਭੁੱਖੇ ਨੇ ਠੀਕ ਹੈ ਜਦੋਂ ਆਪਾਂ ਪਿਆਰ ਨਾ ਕਰਦੇ ਹਾਂ ਨਾ ਕਿਸੇ ਚੀਜ਼ ਨੂੰ ਹਾਂ ਹਾਂ ਲੋਕਾਂ ਨੇ ਸੱਪ ਵੀ ਪਾਲੇ ਹੋਏ ਨੇ ਸੱਪ ਜ਼ਹਿਰੀਲਾ ਜਾਨਵਰ ਮੰਨਿਆ ਗਿਆ ਪਿਆਰ ਨਾਲ ਸ਼ੇਰ ਅੱਜਕੱਲ ਸ਼ੇਰ ਟਾਈਗਰ ਸਭ ਪਾਲੇ ਪਰ ਪਿਆਰ ਪਿਆਰ ਆ ਉਹਨਾਂ ਕੁਝ ਕਹਿੰਦੇ ਨਹੀਂ ਉਹ ਤਾਂ ਹੀ ਕਹਿੰਦੇ ਵੀ ਸਾਰੇ ਪਿਆਰ ਨਾਲ ਰਹਿਣ ਨਾਲ ਜ਼ਿੰਦਗੀ ਯਾਰ ਵਧੀਆ ਜੇ ਤੁਸੀਂ ਖਿਜੇ ਖੁਜੇ ਰਹੋਗੇ ਅੱਧੀਆਂ ਬਿਮਾਰੀਆਂ ਨਾਲ ਘੇਰ ਲੈਣਾ ਤੁਹਾਨੂੰ ਉਹ ਦੇਖਿਆ ਨੀ ਆਪਾਂ ਡਿਸਕਵਰੀ ਤੇ ਸਫਾਰੀ ਜਿਹੜਾ ਦਿਖਾਉਂਦੇ ਨੇ ਜੰਗਲ ਦੀ ਉਹ ਜਿਹੜੇ ਜੀਪਾਂ ਲਈ ਗਾਰਡ ਨੇ ਜੰਗਲ ਦੀ ਸੀ ਵਿਸਕਾਰ ਨਾ ਕਰਨ ਲੋਕ ਉਹ ਜੀਪਾਂ ਕਵਰ ਵੀ ਨੀ ਕਰੀਆਂ ਹੋਈਆਂ ਆਪਣੇ ਬੈਠਣੇ ਉਹ ਉਹਨਾਂ ਨੂੰ ਜੰਗਲ ਚ ਆਏ ਹੋ ਗਿਆ ਵੀ ਇਹ ਜੰਗਲ ਦਾ ਹਿੱਸਾ ਨੇ ਹਿੱਸਾ ਨੇ ਸਾਡੇ ਸਾਡੇ ਵਿੱਚ ਰਹਿੰਦੇ ਨਾਲ ਸਾਡੇ ਨਾਲ ਰਹਿਣ ਵਾਲੇ ਬੰਦੇ ਨੇ ਜੀਪਾਂ ਇੱਕ ਨੇ ਕੋਲ ਕਹਿੰਦੇ ਨੀ ਕੁਛ ਉਹਨਾਂ ਨੂੰ ਦੇ ਲਾ ਆਪਣੇ ਏਰੀਏ ਚ ਲਾ ਲਾ ਜਦੋਂ ਹੁਣ ਨੀਲ ਗਾਏ ਰਹਿੰਦੀਆਂ ਜਿਹੜੀਆਂ ਨੀਲ ਗਾਏ ਰੋਜ਼ ਕਹਿ ਦਿੰਦੇ ਆਪਾਂ ਤੇ ਆਪਣੇ ਲੋਕ ਇਹਨਾਂ ਨੂੰ ਕੁਛ ਸਮਝਦੇ ਕੁਛ ਨੀ ਪਰ ਬਾਹਰਲੇ ਲੋਕ ਇਹ ਵੀ ਆਹ ਕੀ ਜਾਨਵਰ ਫਿਰਦਾ ਜਿਨ੍ਹਾਂ ਨੂੰ ਪਤਾ ਹੀ ਹੈ ਨੀ ਗਾ ਉਹਨਾਂ ਨੂੰ ਹੁਣ ਆਪਣੇ ਇੱਥੇ ਖੇਤਾਂ ਦੇ ਵਿੱਚ ਆਮ ਫਿਰਦੇ ਰਹਿੰਦੇ ਨੇ ਇੱਥੇ ਹੀ ਦੇਖ ਲਿਓ ਕਿੰਨੇ ਕਿਤੇ ਇੱਥੇ ਬੈਠੇ ਰਹਿੰਦੇ ਨੇ ਕਦੇ ਕਿਤੇ ਬੈਠੇ ਰਹਿੰਦੇ ਹੁਣ ਇਹਦੇ ਕੁੱਤੇ ਫਿਰ ਕਦੋਂ ਸੇਲ ਕਰਨੇ ਨੇ ਵੀਰ ਤੈਨੂੰ ਦੱਸਿਆ ਯਾਰ ਜਦ ਉਹ ਕੋਈ ਰੂਹ ਜਦੋਂ ਕੋਈ ਬੰਦਾ ਰੂਹ ਵਾਲਾ ਆਊਗਾ ਉਦੋਂ ਸੇਲ ਕਰਨੇ ਆ ਚਾਹੇ ਮਹੀਨੇ 2 ਲੱਗ ਜਾਣ ਤੇ 3 ਲੱਗ ਜਾਣ ਕੋਲੇ ਪਏ ਨੇ ਹਾਂ ਦਰਸ਼ਕੋ ਉਹਨਾਂ ਦੀ ਵੀ ਆਪਾਂ ਕਲਿੱਪ ਨੂੰ ਵਿੱਚ ਐਡ ਕਰਕੇ ਪਾ ਦਾਂਗੇ ਬਾਕੀ ਕੁੱਤੀ ਦੇ ਕਲਿੱਪ ਵੀ ਆਪਾਂ ਕਿਹਦਾ ਕੀ ਟੋਫੀ ਟੋਫੀ ਟੈਫੀ 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 ਦੇ ਵੀ ਕਲਿੱਪ ਆਪਾਂ ਤੁਹਾਨੂੰ ਐਡ ਕਰਕੇ ਪਾਉਂਦੇ ਹਾਂ ਵੀ ਕਿਵੇਂ ਮੋਟਰਸਾਈਕਲ ਤੇ ਮਹਿੰਦੀ ਆ ਸਾਰੀਆਂ ਗੱਲਾਂ ਬਾਤਾਂ ਆਪਾਂ ਤੁਹਾਨੂੰ ਦਿਖਾਉਣੇ ਆ ਹਲੋ ਠੀਕ ਆ ਪ੍ਰਧਾਨ ਭੈਣ ਜੀ ਅੱਛਾ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਕਿਸਾਨਾਂ ਨਾਲ ਜਾਣਕਾਰੀ ਕਰਨ ਸਾਂਝੀ ਕਰਨ ਲਈ ਥੈਂਕ ਯੂ ਵੈਰੀ ਮੱਚ ਹਾਂਜੀ ਕਿਸਾਨ ਵੀਰੋ ਦਰਸ਼ਕੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਦੱਬ ਦਿਆ ਕਰੋ ਬਟਨ ਵੀਰ ਬਣ ਕੇ ਤੁਸੀਂ ਸਬਸਕ੍ਰਾਈਬ ਆਓ ਘੱਟ ਕਰ ਦਿਓ ਤੇ ਫੇਸਬੁੱਕ ਤੇ ਤਾਂ ਬਿੱਟੂ ਨਿਆਂ ਪਰ ਪੇਜ ਨੂੰ ਫਾਲੋ ਕਰੋ ਇੰਸਟਾ ਤੇ ਆਪਣੀ ਆਈਡੀ ਹੈਗੀ ਹੈ ਬਿੱਟੂ ਨਿਆਂ ਪਰ 1 ਤੇ ਹੁਣ ਦਿਓ ਆਪਾਂ ਨੂੰ ਇਜਾਜ਼ਤ ਧੰਨਵਾਦ।